ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ। ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਮੈਂ ਇਸ ਲਈ ਆਇਆ ਹਾਂ ਗੁਜਰ ਖਾਨ ਦੇ ਈਸਟ ਵਾਲੀ ਸਾਈਡ ਦੇ ਉੱਤੇ, ਤਕਰੀਬਨ ਕੋਈ 6 ਤੋਂ 7 ਕਿਲੋਮੀਟਰ ਅੱਗੇ ਪਿੰਡ ਹੈ ਸੁਸਰਾਲ। ਜੀ ਹਾਂ, ਬੜਾ ਅਜੀਬ ਜਿਹਾ ਲੱਗ ਰਿਹਾ ਮੈਨੂੰ ਨਾਮ ਦੱਸਦੇ ਹੋਏ। ਇਸ ਪਿੰਡ ਦਾ ਨਾਮ ਹੈ ਸੁਸਰਾਲ। ਬਹੁਤ ਪਿਆਰਾ, ਬਹੁਤ ਖੂਬਸੂਰਤ ਮਾਹੌਲ ਹੈ ਇਹਦਾ। ਇਹ ਪਾਣੀ ਦੀ ਬੰਨ ਹੈ, ਸਿੱਖ ਪੀਰੀਅਡ ਦੀ ਬਣੀ ਹੋਈ, ਜਿੱਥੋਂ ਲੋਕ ਅੱਜ ਵੀ ਇਸਤੀਫਾਦਾ ਕਰ ਰਹੇ ਨੇ। ਮੇਰੇ ਨਾਲ ਸਫ਼ਰ ਦੇ ਵਿੱਚ ਨੇ ਅੱਜ ਮੇਰੇ ਦੋਸਤ ਮਿਰਜ਼ਾ ਸਾਹਿਬ, ਸਾਡੇ ਪੇਜ ਦੇ ਐਡਮਿਨ ਵੀ ਨੇ, ਗਰੁੱਪ ਐਡਮਿਨ ਨੇ, ਪਿਆਰਾ ਨਨਕਾਣਾ ਸਾਹਿਬ ਦੇ, ਅਤੇ ਜੇਲਮ ਪੇਜ ਇਹਨਾਂ ਦਾ। ਬਾਕੀ ਅਸੀਂ ਹੈਰੀਟੇਜ ਆਫ ਪਾਕਿਸਤਾਨ ਦੇ ਉੱਤੇ ਇਕੱਠੇ ਕੰਮ ਕਰ ਰਹੇ ਹਾਂ। ਅਤੇ ਅੱਜ ਅਸੀਂ ਸਰਦਾਰ ਜੀਵਨਦੀਪ ਸਾਹਿਬ ਨੇ ਉਹਨਾਂ ਦੇ ਫੋਰ ਫਾਦਰ ਦੀ ਰੂਟਸ ਲੱਭਦੇ ਹੋਏ ਇੱਥੇ ਅਸੀਂ ਆਏ ਹਾਂ। ਲੇਕਿਨ ਜੀ, ਕਮਾਲ ਦੇ ਰਸਤੇ, ਕਮਾਲ ਦੀਆਂ ਜਗ੍ਹਾ ਨੇ। ਗੁਰਪ੍ਰੀਤ ਆਨੰਦ ਸਾਹਿਬ ਦੀਆਂ ਜਿਹੜੀਆਂ ਰੂਟਸ ਨੇ ਇੱਥੇ ਬਿਲਕੁਲ ਨਜ਼ਦੀਕ ਨੇ, ਗ੍ਰੈਂਡ ਫਾਦਰਸ ਦੀਆਂ ਮਦਰ ਸਾਈਡ ਤੋਂ। ਅਤੇ ਮੈਂ ਇਸ ਵੇਲੇ ਆਇਆ ਹੋਇਆ ਹਾਂ ਪਿੰਡ ਸੁਸਰਾਲ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੇਰੇ ਨਾਲ ਨੇ ਇਸ ਵੇਲੇ ਮਿਰਜ਼ਾ ਬੇਗ ਸਾਹਿਬ। ਮਿਰਜ਼ਾ ਬੇਗ ਸਾਹਿਬ ਵੀ ਜਿਹੜੇ ਨੇ ਅਨਾਲਿਸਿਸ ਪੇ ਕਰਦੇ ਨੇ ਜੜ੍ਹਾਂ ਦੇ ਉੱਤੇ, ਕੋਈ ਹੈ 350 ਸਾਲ ਪੁਰਾਣੀਆਂ ਜੜ੍ਹਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ। ਮਿਰਜ਼ਾ ਸਾਹਿਬ ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਨੇ? ਜੇਲਮ ਤੋਂ ਮਿਰਜ਼ਾ ਸਾਹਿਬ ਆਏ ਨੇ ਸਪੈਸ਼ਲੀ ਮੇਰੇ ਇਨਵੀਟੇਸ਼ਨ 'ਤੇ, ਕਿ ਵੀ ਅਸੀਂ ਅੱਜ ਰਲ ਕੇ ਫਿਰ ਕੋਈ ਨਾ ਕੋਈ ਧਮਾਕਾ ਕਰੀਏ, ਅਤੇ ਅਸੀਂ ਰਿਸਰਚ ਦਾ ਧਮਾਕਾ ਕਰਨ ਵਾਸਤੇ ਪਿੰਡ ਸੁਸਰਾਲ ਪਹੁੰਚੇ ਹਾਂ ਫਿਲਹਾਲ। ਇਹ ਤੁਸੀਂ ਦੇਖੋ ਕਿੰਨੇ ਸੋਹਣੇ ਪੱਖੀ ਇੱਥੇ ਜਿਹੜੇ ਨੇ ਉਹ ਬੈਠੇ ਹੋਏ ਨੇ। ਇਹ ਬੁਲਬੁਲ ਬੋਲ ਰਹੀ ਹੈ, ਇਹ ਮੁਰਗਾਬੀਆਂ ਨਹਾ ਰਹੀਆਂ ਨੇ। ਲਾਜ਼ਮੀ ਗੱਲ ਹੈ, ਉਹਨਾਂ ਲੋਕਾਂ ਦੁਆਵਾਂ ਤਾਂ ਦਿੰਦੀਆਂ ਹੋ ਸਕਣ ਨੇ ਜਿਨ੍ਹਾਂ ਇਹਨਾਂ ਨੇ ਬਣਾਉਣ ਵਾਲੇ ਨੇ, ਲਾਉਣ ਵਾਲੇ ਨੇ। ਇਸ ਬੋਰਡ ਦੀਆਂ ਜੜ੍ਹਾਂ ਤੱਕੋ ਤਾਂ ਕਿੰਨੀਆਂ ਸੰਘਣੀਆਂ ਨੇ, ਅਤੇ ਕਿੰਨੀਆਂ ਗਹਿਰੀਆਂ ਨੇ। ਅਮਰਦੀਪ ਸਾਹਿਬ ਕੋਲੋਂ ਪੁੱਛੋ, ਜਿਨ੍ਹਾਂ ਦੀ ਜੜ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਰਿਸਰਚ ਹੈ, ਔਰ ਉਹਨਾਂ ਦਾ ਪਿਆਰ ਵੀ ਹੈ ਇਸ ਮਿੱਟੀ ਦੇ ਨਾਲ। ਅਤੇ ਮੈਂ ਆਇਆ ਹਾਂ ਪਿੰਡ ਸੁਸਰਾਲ ਦੇ ਵਿੱਚ। ਬਹੁਤ ਪੁਰਾਣਾ ਬੋਰਡ, ਕਿਤੇ ਸ਼ੇਡ ਕਰਦਾ ਤਾਂ ਕਿਤੇ। ਇਹ ਦੇਖੋ ਤੁਸੀਂ, ਘਰ ਦਾ ਮੰਜ਼ਰ ਵੀ ਪੇਸ਼ ਕਰ ਰਿਹਾ। ਕੋਈ ਇੱਥੇ ਰਹਿੰਦਾ, ਕੋਈ ਇੱਥੇ ਬੈਠਦਾ, ਕੋਈ ਪਾਣੀ ਪੀਂਦਾ, ਅਤੇ ਕੋਈ ਨਹਾਉਂਦਾ, ਔਰ ਕੋਈ ਕੱਪੜੇ ਧੋਂਦਾ। ਇਹ ਪਾਣੀ ਦੀ ਬੰਨ, ਪਿੰਡ ਸੁਸਰਾਲ, ਬਿਲਕੁਲ ਨਜ਼ਦੀਕ ਹੈ, 4 ਤੋਂ 5 ਕਿਲੋਮੀਟਰ ਮੇਰਾ ਖਿਆਲ ਹੈ ਜ਼ਿਆਦਾ ਤੋਂ ਜ਼ਿਆਦਾ ਫਾਸਲਾ ਹੋਏਗਾ ਗੁਜਰ ਖਾਨ ਤੋਂ ਈਸਟ ਵਾਲੀ ਸਾਈਡ ਦੇ ਉੱਤੇ। ਅਸੀਂ ਅੱਜ ਜਾ ਰਹੇ ਹਾਂ ਕੌਂਤਰੀਲਾ, ਔਰ ਕੌਂਤਰੀਲਾ ਤੋਂ ਅੱਗੇ ਦੋਹਰਾ ਬਦਾਲ ਜਾਵਾਂਗੇ ਇੱਥੋਂ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਹੈਰੀਟੇਜ ਆਫ ਪਾਕਿਸਤਾਨ, ਦੀ ਹੈਰੀਟੇਜ ਆਫ ਪਾਕਿਸਤਾਨ, ਔਰ ਸਿੱਖ ਪੀਰੀਅਡ ਫੁੱਟ ਸਟੈਪਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅਤੇ ਮੈਂ ਅੱਜ ਤੁਹਾਨੂੰ ਦਿਖਾ ਰਿਹਾ ਮੈਂ ਖੂਬਸੂਰਤ ਮੰਜ਼ਰ ਜਿਹੜੇ ਨੇ ਇਹ ਖਿੱਤਾ ਪਠਵਾਰ ਦੇ, ਜਿੱਥੇ ਕਿ ਖਿੱਤਾ ਪਠਵਾਰ ਨੂੰ ਅਗਰ ਦੇਖਿਆ ਜਾਏ ਤਾਂ ਖਿੱਤਾ ਪਠਵਾਰ ਜਿਹੜਾ ਸੀ ਇਹ ਜਹਾਂਗੀਰ ਦੇ ਦੌਰ ਤੋਂ ਬਾਅਦ ਆਬਾਦ ਹੋਇਆ, ਜਦੋਂ ਸਿੱਖਾਂ ਦੇ ਸਿਰ ਦੇ ਉੱਤੇ ਮੋਲ ਰੱਖਿਆ ਗਿਆ ਸੀ, ਸਿੱਖਾਂ ਦਾ ਕਤਲੇਆਮ ਕੀਤਾ ਗਿਆ ਲਾਹੌਰ ਵਿੱਚ ਔਰ ਪੰਜਾਬ ਦੇ ਵਿੱਚ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਰੁਖ ਕੀਤਾ ਨਾ ਪਹਾੜੀ ਇਲਾਕਿਆਂ ਦੇ ਵਿੱਚ, ਇੱਥੇ ਆ ਕੇ ਪਨਾਹ ਲਈ ਸੀ। ਇੱਕ ਗੁਰੂ ਜੀ ਇੱਥੇ ਤਸ਼ਰੀਫ ਲਿਆਏ ਸਨ, ਉਹ ਇਲਾਕੇ ਦੀ ਉਹ ਇਲਾਕਾ ਉਸ ਵੇਲੇ ਆਬਾਦ ਹੋਇਆ, ਉਸ ਤੋਂ ਪਹਿਲੇ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ ਇਸ ਜਗ੍ਹਾ ਦੇ। ਲੇਕਿਨ ਅੱਜ ਅਗਰ ਤੁਸੀਂ ਇਹ ਜੜ੍ਹਾਂ ਦੇਖੋ, ਇਹ ਸਾਰਾ ਕੁਛ ਦੇਖੋ, ਅੱਜ ਇਹ ਜੜ੍ਹਾਂ ਦੇਖੋ, ਇਹ ਖੂਬਸੂਰਤੀ ਦੇਖੋ, ਅਤੇ ਬੰਦਾ ਇੱਕ ਵਾਰੀ ਹੈਰਾਨ ਹੋ ਜਾਂਦਾ ਇਹ ਸਾਰਾ ਕੁਛ ਦੇਖ ਕੇ, ਕਿ ਕਿੰਨੀ ਸਦੀਆਂ ਪੁਰਾਣੀ ਜਿਹੜੀ ਹੈ ਆਪਣੀ ਤਾਰੀਖ ਜਿਹੜੀ ਹੈ ਇਹ ਬਿਆਨ ਕਰਦਾ, ਇਹ ਦਰਖਤ ਇਹ ਦਿਖਾਉਂਦਾ ਸਾਰਾ ਕੁਛ। ਔਰ ਅਸੀਂ ਇਹਨੂੰ ਦੇਖਣ ਵਾਸਤੇ ਔਰ ਇਹਨੂੰ ਖੋਜਣ ਵਾਸਤੇ ਅੱਜ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਆ ਪਹੁੰਚੇ ਹਾਂ। ਮਿਰਜ਼ਾ ਸਾਹਿਬ ਦਾ ਬਹੁਤ ਸ਼ੁਕਰੀਆ, ਗੁਰਪ੍ਰੀਤ ਆਨੰਦ ਸਾਹਿਬ ਔਰ ਜੀਵਨਦੀਪ ਸਾਹਿਬ ਦੇ ਨਾਮ ਜਿਹੜੀ ਹੈ ਇਹ ਮੇਰੀ ਵਿਜ਼ਿਟ ਹੈ। ਔਰ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ, ਦੀ ਹੈਰੀਟੇਜ ਆਫ ਪਾਕਿਸਤਾਨ ਐਂਡ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।